ਵਿਕਟੋਰੀਆ ਦੀ ਪਾਰਲੀਮੈਂਟ ਦੁਆਰਾ ਯੂਨਾਨੀ, ਅਰਮੀਨੀਆਈ ਅਤੇ ਅਸੂਰੀਅਨ ਨਸਲਕੁਸ਼ੀ ਨੂੰ ਮਾਨਤਾ ਦੇਣ ਦੀ ਮੁਹਿੰਮ ਨੇ ਰਾਜ ਵਿੱਚ ਬਹੁਤ ਸੱਭਿਆਚਾਰਕ ਅਤੇ ਧਾਰਮਿਕ ਭਾਈਚਾਰਿਆਂ ਦੁਆਰਾ ਜਨਤਕ ਤੌਰ 'ਤੇ ਨਸਲਕੁਸ਼ੀ ਦੀ ਮਾਨਤਾ ਲਈ ਸਮਰਥਨ ਦਿੱਤਾ ਹੈ। ਆਸਟ੍ਰੇਲੀਅਨ ਸਿੱਖ ਕੌਂਸਲ ਨੇ ਵਿਕਟੋਰੀਆ ਦੇ ਸੰਸਦ ਮੈਂਬਰਾਂ ਨੂੰ ਪੱਤਰ ਲਿਖ ਕੇ ਉਹਨਾਂ ਨੂੰ ਸੰਸਦ ਵਿੱਚ ਇਸ ਪ੍ਰਸਤਾਵ ਦਾ ਸਮਰਥਨ ਦੇਣ ਲਈ ਕਿਹਾ ਹੈ ਜੋ ਨਸਲਕੁਸ਼ੀ ਨੂੰ ਮਾਨਤਾ ਦੇਵੇਗਾ। ਇਹ ਤਿੰਨ ਵੱਖ ਵੱਖ ਨਸਲੀ ਸਮੂਹਾਂ ਨੂੰ ਪੂਰੀ ਤਰ੍ਹਾਂ ਮਿਟਾਉਣ ਲਈ ਓਟੋਮਨ ਤੁਰਕ ਦੁਆਰਾ ਇੱਕ ਨਿਰਵਿਘਨ ਕੋਸ਼ਿਸ਼ ਸੀ, ਇੱਕ ਦ੍ਰਿਸ਼ਟੀਕੋਣ ਜੋ ਵਿਦਵਾਨਾਂ, ਅਕਾਦਮਿਕ ਅਤੇ ਫਾਊਂਡੇਸ਼ਨਾਂ ਦੁਆਰਾ ਵਿਆਪਕ ਤੌਰ 'ਤੇ ਸਮਰਥਿਤ ਹੈ, ਜੋ ਇਹ ਦਲੀਲ ਦਿੰਦੇ ਹਨ ਕਿ ਇਹ ਨਸਲਕੁਸ਼ੀ ਹੀ ਹੈ। ਇਹ ਨੁਕਸਾਨ ਸਾਰੇ ਇਸ ਤੱਥ ਦੇ ਕਾਰਨ ਹੈ ਕਿ ਉਹਨਾਂ ਦਾ ਨਵਾਂ ਘਰ ਉਹਨਾਂ ਦੇ ਇਤਿਹਾਸ ਦੀ ਅਸਲ ਹਕੀਕਤ ਨੂੰ ਪਛਾਣਨ ਤੋਂ ਇਨਕਾਰ ਕਰਦਾ ਹੈ। ਸਿੱਖ ਕੌਂਸਲ ਦਾ ਮੰਨਣਾ ਹੈ ਕਿ ਵਿਕਟੋਰੀਆ ਵਿੱਚ ਰਹਿਣ ਵਾਲੇ ਅਰਮੀਨੀਆ, ਅਸੂਰੀਅਨ ਅਤੇ ਯੂਨਾਨੀਆਂ ਦੇ ਨਾਲ ਖੜ੍ਹੇ ਹੋਣ ਦਾ ਹੁਣ ਸਮਾਂ ਆ ਗਿਆ ਹੈ, ਜੋ ਆਪਣੇ ਇਤਿਹਾਸ ਨੂੰ ਮਾਨਤਾ ਦਿੱਤੇ ਜਾਣ ਦੀ ਇੰਨੇ ਸਾਲਾਂ ਤੋਂ ਇੰਤਜ਼ਾਰ ਕਰ ਰਹੇ ਹਨ। ਜੁਆਇੰਟ ਜਸਟਿਸ ਇਨੀਸ਼ੀਏਟਿਵ ਦੀ ਤਰਫੋਂ ਅਰਮੀਨੀਏ, ਅਸੂਰੀਅਨ ਅਤੇ ਯੂਨਾਨੀ ਭਾਈਚਾਰਿਆਂ ਦੇ ਗੱਠਜੋੜ ਡੀਨ ਕਲੀਮਨਿਓ ਨੇ ਆਸਟ੍ਰੇਲੀਆ ਸਿੱਖ ਕੌਂਸਲ ਦਾ ਧੰਨਵਾਦ ਕਰਦੇ ਹੋਏ ਕਿਹਾ ਹੈ ਕਿ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਵਿਕਟੋਰੀਆ ਵਿੱਚ ਵੱਧ ਤੋਂ ਵੱਧ ਨਸਲੀ ਅਤੇ ਧਾਰਮਿਕ ਸਮੂਹ ਇਸ ਸੱਦੇ ਦੇ ਵਿੱਚ ਸ਼ਾਮਲ ਹੋ ਗਏ ਹਨ। ਉਹਨਾਂ ਨੇ ਕਿਹਾ ਹੈ ਕਿ ਇਹ ਗੱਲ ਸਾਬਿਤ ਕਰਦੀ ਹੈ ਕਿ ਇਹ ਮੁੱਦਾ ਇਤਿਹਾਸ ਅਤੇ ਆਪਸੀ ਝਗੜੇ ਤੋਂ ਪਰੇ ਹੈ। ਇਸ ਦਾ ਵੰਡ ਨੂੰ ਭੜਕਾਉਣ ਅਤੇ ਮਨੁੱਖੀ ਅਧਿਕਾਰਾਂ, ਅੰਤਰਰਾਸ਼ਟਰੀ ਕਾਨੂੰਨ ਸ਼ਾਲੀਨਤਾ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਜਿਸ ਨੂੰ ਸਾਡੇ ਸਿਆਸਤਦਾਨ ਹੁਣ ਮਹਿਸੂਸ ਕਰਨ ਲੱਗ ਪਏ ਹਨ। ਬਿਊਰੋ ਰਿਪੋਰਟ, ਐਨਜ਼ੈਡ ਪੰਜਾਬੀ ਨਿਊਜ਼।